ਤੁਸੀਂ ਦੇਖ ਰਹੇ ਹੋ ਨਵਰੰਗ ਟੀਵੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨੌਨ ਟੀਚਿੰਗ ਇੰਪਲਾਈਜ਼ ਯੂਨੀਅਨ ਵੱਲੋਂ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦੇ ਹੋਏ ਨੌਨ ਟੀਚਿੰਗ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ ਨੇ ਕਿਹਾ ਕਿ ਮੌਜੂਦਾ ਕੈਪਟਨ ਸਰਕਾਰ ਵੱਲੋਂ 3 ਸਾਲ ਪਹਿਲਾਂ ਸਰਕਾਰ ਬਣਾਉਣ ਸਮੇਂ ਜੋ ਵਾਅਦੇ ਕੀਤੇ ਗਏ ਸਨ ਉਹ ਸਰਕਾਰ ਵੱਲੋਂ ਅਜੇ ਵੀ ਪੂਰੇ ਨਹੀਂ ਕੀਤੇ ਗਏ। ਉਹਨਾਂ ਕਿਹਾ ਕਿ ਜਦੋਂ ਦੀ ਸਰਕਾਰ ਬਣੀ ਹੈ ਇਹੀ ਕਹਿ ਰਹੀ ਹੈ ਕਿ ਖਜ਼ਾਨਾ ਖਾਲੀ ਹੈ। ਕੁਲਦੀਪ ਸਿੰਘ ਨੇ ਕਿਹਾ ਕਿ ਸਰਕਾਰੀ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਕਟੌਤੀ ਕਰਨ ਨਾਲ ਭ੍ਰਿਸ਼ਟਾਚਾਰ ਹੀ ਵਧੇਗਾ। ਇਸ ਦੇ ਨਾਲ ਹੀ ਉਹਨਾਂ ਨੇ ਮਨਪ੍ਰੀਤ ਬਾਦਲ ਉੱਪਰ ਬੋਲਦੇ ਹੋਏ ਕਿਹਾ ਕਿ ਜਿਸ ਦੇ ਆਪਣੇ ਘਰ ਵਿੱਚ 27 AC ਲੱਗੇ ਨੇ ਉਹ ਪੰਜਾਬ ਦੀ ਆਰਥਿਕ ਮੰਦੀ ਉੱਪਰ ਦੁਹਾਈ ਕਿਵੇਂ ਦੇ ਸਕਦਾ ਹੈ। ਜਦਕਿ ਕੈਪਟਨ ਅਮਰਿੰਦਰ ਸਿੰਘ ਨੂੰ ਆੜੇ ਹੱਥੀ ਲੈਂਦੇ ਹੋਏ ਕੁਲਦੀਪ ਸਿੰਘ ਨੇ ਕਿਹਾ ਕਿ ਕੈਪਟਨ ਨੇ ਗੁਟਕਾ ਸਾਹਿਬ ਨੂੰ ਹੱਥ ਵਿੱਚ ਫੜ ਕੇ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦੀ ਗੱਲ ਕਹੀ ਸੀ ਜੋ ਕਿ ਅਜੇ ਤੱਕ ਖਤਮ ਨਹੀਂ ਹੋਇਆ। ਯੂਨੀਅਨ ਦੇ ਮੈਂਬਰਾਂ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਆਪਣੇ ਕੀਤੇ ਵਾਅਦੇ ਪੂਰੇ ਨਾ ਕੀਤੇ ਤਾਂ ਆਉਣ ਵਾਲੇ ਸਮੇਂ ਵਿੱਚ ਉਹਨਾਂ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਅੱਜ ਦਾ ਜਿਹੜਾ ਸਰ ਮੁਜ਼ਾਹਰਾ ਸੀਗਾ ਇਹ ਪੰਜਾਬ ਸਰਕਾਰ ਦੀਆਂ ਜਿਹੜੀਆਂ ਮਾੜੀਆਂ ਨੀਤੀਆਂ ਨੇ ਉਹਦੇ ਵਿਰੋਧ 'ਚ ਹੀ ਕੀਤਾ ਗਿਆ ਹੈ। ਸਰਕਾਰ ਇੱਕ ਇੱਕ ਕਰਕੇ ਕਰਮਚਾਰੀਆਂ ਦੀਆਂ ਜਿਹੜੀਆਂ ਨਜਾਇਜ਼ ਧੱਕਾ ਕਰਦੀ ਹੈ ਇਹਨਾਂ ਦੇ ਵਾਸਤੇ ਅਸੀਂ ਅੱਜ ਰੋਸ ਮੁਜ਼ਾਹਰਾ ਕੀਤਾ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਹ ਚੀਜ਼ਾਂ ਨਾ ਆਈਆਂ ਤਾਂ ਸਾਡਾ ਮੁਲਾਜ਼ਮ ਵਰਗ ਇੰਨਾ ਕੁ ਸੰਘਰਸ਼ ਕਰੂਗਾ। ਅਸੀਂ ਡੋਰ ਟੂ ਡੋਰ ਜਾਵਾਂਗੇ ਹਰ ਕਰਮਚਾਰੀ ਦੇ ਘਰਾਂ ਦੇ ਵਿੱਚ, ਹਰ ਜਿਹੜੇ ਲੋਕ ਵੱਸਦੇ ਨੇ ਅੰਮ੍ਰਿਤਸਰ ਦੇ ਵਿੱਚ, ਅਸੀਂ ਵਿਰੋਧ ਕਰਾਂਗੇ ਇਸ ਕਾਂਗਰਸ ਪਾਰਟੀ ਦਾ ਵੀ ਇਹਨਾਂ ਨੂੰ ਕੋਈ ਵੋਟ ਨਾ ਪਾਈ ਜਾਵੇ, ਕਿਉਂਕਿ ਜਿਹੜੀਆਂ ਇਹੋ ਜਿਹੀਆਂ ਮਾੜੀ ਨੀਤੀਆਂ ਨੇ, ਕਿਉਂਕਿ 200 ਰੁਪਇਆ ਪਹਿਲਾਂ ਕੱਟਿਆ ਗਿਆ ਆ ਸਾਡੇ ਜੇਬ 'ਚ ਡਾਕਾ ਮਾਰਿਆ ਗਿਆ, ਹੁਣ ਸੈਕਟਰੀਏਟ ਜਿਹੜੀ ਅਲਾਉਂਸ ਆ ਪੇ ਆ ਸਾਡੀ ਉਹ ਕੱਟ ਰਹੇ ਨੇ, ਪਰ ਇਹ ਸਰਕਾਰ ਅੱਜ ਸੋਚਦੀ ਨਹੀਂ ਪਈ। ਸਾਨੂੰ ਸਮਝ ਨਹੀਂ ਆਉਂਦੀ ਵੀ 3 ਸਾਲ ਸਾਨੂੰ ਸੁਣਦਿਆਂ ਨੂੰ ਹੋ ਗਿਆ ਵੀ ਖਜ਼ਾਨਾ ਖਾਲੀ ਹੈ ਖਾਲੀ ਹੈ। 3 ਸਾਲਾਂ ਦੇ ਵਿੱਚ ਜੇ ਖਜ਼ਾਨਾ ਨਹੀਂ ਭਰ ਸਕੇ ਤਾਂ ਚੰਗੀ ਗੱਲ ਇਹ ਹੋਵੇਗੀ ਅਤੇ ਇਹਨਾਂ ਨੂੰ ਸਰਕਾਰ ਵੈਸੇ ਛੱਡ ਦੇਣੀ ਚਾਹੀਦੀ ਹੈ, ਜਿਹੜੀ ਕੋਈ ਦੂਜੀ ਗੌਰਮੈਂਟ ਕੋਈ ਹੋਰ ਜਥੇਬੰਦੀ ਚਲਾਉਣਾ ਚਾਹੁੰਦੀ ਹੈ ਉਹਨਾਂ ਨੂੰ ਦੇ ਦੇਣੀ ਚਾਹੀਦੀ ਹੈ। ਅੱਜ ਦਾ ਜਿਹੜਾ ਸਾਡਾ ਸੰਘਰਸ਼ ਸੀਗਾ ਇਹ ਜਿਹੜੀ ਪੰਜਾਬ ਸਰਕਾਰ ਵੱਲੋਂ ਚਿੱਠੀ ਜਾਰੀ ਕੀਤੀ ਗਈ ਹੈ ਯੂਨੀਵਰਸਿਟੀਆਂ ਨੂੰ ਸੈਕਟਰੀਏਟ ਪੇ ਜਿਹੜੀ ਕੱਟਣ ਦੇ ਆਰਡਰ ਕਰ ਦਿੱਤੇ ਆ ਉਹਦੇ ਸੰਬੰਧ ਦੇ ਵਿੱਚ ਸੀ, ਰੋਸ ਮੁਜ਼ਾਹਰਾ ਕੀਤਾ। ਅਸੀਂ ਕੈਪਟਨ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਯੂਨੀਵਰਸਿਟੀਆਂ 'ਤੇ ਜਿਹੜਾ ਇਹ ਚਿੱਠੀ ਜਾਰੀ ਕਰਕੇ ਨਾਦਰਸ਼ਾਹੀ ਪ੍ਰਮਾਣ ਜਾਰੀ ਕੀਤਾ ਹੈ ਉਹਨੂੰ ਵਾਪਸ ਲਿਆ ਜਾਵੇ, ਤਾਂ ਕਿ ਜਿਹੜੇ ਮੁਲਾਜ਼ਮ ਤੁਸੀਂ ਨਵੇਂ ਸਿਰੇ ਪੇ ਕਮਿਸ਼ਨ ਦੀ ਰਿਪੋਰਟ ਨਹੀਂ ਦਿੱਤੀ ਅਜੇ ਤੱਕ, DA ਨਹੀਂ ਦਿੱਤਾ, 2400 ਰੁਪਇਆ ਸਾਡਾ ਆਲਰੇਡੀ ਕੱਟ ਚੁੱਕੇ ਹਾਂ ਤੁਸੀਂ, ਅਤੇ ਇਹਦੇ ਨਾਲ ਸਾਡਾ ਜਿਹੜਾ 5-5, 6-6 ਹਜ਼ਾਰ ਰੁਪਇਆ ਜਿਹੜੀ ਤਨਖਾਹ ਘੱਟਦੀ ਹੈ ਉਹਦੇ ਨਾਲ ਸਾਡੇ ਪ੍ਰਭਾਵ ਪਾਲਣੇ ਬਹੁਤ ਔਖੇ ਹੈ। ਸਾਡੀ ਸਰਕਾਰ ਨੂੰ ਅਪੀਲ ਹੈ ਕਿ ਇਹ ਜਿਹੜਾ ਫੈਸਲਾ ਇਹਨੂੰ ਜਲਦੀ ਵਾਪਸ ਲਿਆ ਜਾਵੇ, ਜੇ ਵਾਪਸ ਨਹੀਂ ਕਰਦੀ ਸਰਕਾਰ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਯੂਨੀਵਰਸਿਟੀਆਂ ਦੇ ਦੂਜਿਆਂ ਨਾਲ ਗੱਲ ਕਰਕੇ ਸਾਰੇ ਕਰਮਚਾਰੀ ਜਿਹੜੇ ਜਿੰਨੇ ਵਾਰ ਕਰਮਚਾਰੀ ਤੇ ਹੋ ਰਹੇ ਨੇ ਉਹ ਸਾਰੇ ਇਕੱਠੇ ਹੋ ਕੇ ਚੰਡੀਗੜ੍ਹ ਦੇ ਵਿੱਚ ਵੀ ਅਸੀਂ ਧਰਨਾ ਮਾਰਾਂਗੇ ਤੇ ਮੁਜ਼ਾਹਰਾ ਕਰਾਂਗੇ। ਨਵੀਆਂ ਅਤੇ ਤਾਜ਼ਾ ਤਰੀਨ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ ਯੂਟਿਊਬ ਚੈਨਲ ਲਾਈਕ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।